ਦੇਖੋ, ਪਹਿਲੀ ਗੱਲ, ਮੈਂ ਅੱਜ ਜਿੱਥੇ ਡਰਾਈਵਿੰਗ ਟੈਸਟ ਹੁੰਦੇ ਆ ਉੱਥੇ ਗਿਆ। ਉੱਥੇ ਮੈਂ ਗਿਆ ਤਾਂ ਕੋਈ ਲੋਕਾਂ ਨਾਲ ਗੱਲਬਾਤ ਸੁਣਨ ਕਰਨ ਗਿਆ ਸੀ, ਪਰ ਲੋਕ ਹੈਰਾਨ ਦੀ ਗੱਲ ਇਹ ਆ, ਤੁਹਾਨੂੰ ਪਤਾ ਕਿੰਨਾ ਟੈਕਸ ਜਾਂਦਾ ਇੱਥੋਂ ਇੱਕ ਸਾਲ ਦਾ? ਅੰਦਾਜ਼ਾ ਲਾ ਸਕਦੇ ਹੋ? 400 ਕਰੋੜ, 400 ਕਰੋੜ ਰੁਪਈਆ ਲੁਧਿਆਣੇ ਤੋਂ ਸਰਕਾਰ ਦੇ ਖਜ਼ਾਨੇ 'ਚ ਪੈਸਾ ਜਾਂਦਾ ਏ। ਇਹ ਮਹਿਕਮੇ ਦੇ ਇੱਕ ਗੱਲ, ਚਲੋ ਸਾਰੀਆਂ ਅਲੱਗ ਅਲੱਗ ਗੱਲਾਂ ਨੇ, ਪਰ ਜਿੱਥੇ ਸਾਡੇ ਨੌਜਵਾਨ ਬੱਚੇ, ਜੇ ਕਿਸੇ ਦਾ 2-ਵੀਲਰ ਤੋਂ 4-ਵੀਲਰ, 4 ਪਹੀਆਂ ਵਾਲੇ ਦਾ ਲਾਇਸੈਂਸ, ਉੱਥੇ ਜਾ ਕੇ ਦੇਖੋ ਕੀ ਜੰਗਲ ਆ। ਜੰਗਲ ਬਣਿਆ ਹੋਇਆ ਇਸ ਤਰੀਕੇ ਨਾਲ, ਦਰਖਤ, ਝਾੜੀਆਂ, ਬੂਟੇ ਖੜ੍ਹੇ ਨੇ, ਵੀ ਜਿਹੜੇ ਨਵੇਂ ਬੱਚੇ ਨੇ ਉਹ ਕਹਿੰਦੇ ਜੀ ਮੈਂ ਮੂਹਰੇ ਨਹੀਂ ਲੈ ਕੇ ਆਉਂਦੇ, ਉਹ ਅੱਜ ਕੱਲ੍ਹ ਹਾਲਾਤ ਐਸੇ ਆ, ਦੁਸ਼ਮਣੀਆਂ ਮਿੰਟ 'ਚ। ਉਹ ਜਦੋਂ ਡਰਾਈਵਿੰਗ ਟੈਸਟ ਦਿੰਦੇ ਆ, ਉਹਨਾਂ ਨੂੰ ਇੱਧਰਲੇ ਪਾਸਿਓਂ ਇੱਧਰ ਨਹੀਂ ਦਿਖਦਾ ਵੀ ਇੱਥੇ ਕੀ ਕੋਈ ਇਸ਼ਾਰਾ ਦੇਣਾ ਏ ਜਾਂ ਕਿੱਧਰ ਨੂੰ ਮੁੜਨਾ ਏ। ਇਹ ਮੇਰੇ ਮੂਹਰੇ ਗੱਲ ਰੱਖੀ, ਜਦੋਂ ਮੈਂ ਪੁੱਛਿਆ ਵੀ ਇਹ ਕਿਉਂ, ਕਹਿੰਦੇ ਜੀ ਸਾਡੇ ਕੋਲ ਕੋਈ ਬੰਦਾ ਹੀ ਹੈ ਨਹੀਂ, ਕੋਈ ਬੰਦਾ ਹੀ ਹੈ ਨਹੀਂ, ਮਾਲੀ ਜਾਂ ਕੋਈ ਜਿਹੜਾ ਕੋਈ ਉਹ ਝਾੜ ਫੂਸ ਕੋਈ ਉਹਨੂੰ ਕੱਟ ਸਕੇ, ਸਾਫ਼ ਕਰ ਸਕੇ। ਇੱਕ ਬਜ਼ੁਰਗ ਮਿਲਿਆ, ਉਹ ਕਹਿੰਦਾ ਜੀ ਮੈਨੂੰ ਕਦੇ 1,000-2,000 ਦੇ ਦਿੰਦੇ ਸੀ, ਮੈਂ ਆਹ ਦੇਖ ਲਓ ਜਿੰਨੇ ਮਹੀਨੇ ਪਹਿਲਾਂ ਦਾ ਕੀਤਾ ਹੋਇਆ, ਹੁਣ ਕਈ ਮਹੀਨੇ ਤੋਂ ਉਹ ਵੀ ਬੰਦ ਆ, ਅਤੇ ਇਸ ਕਰਕੇ ਮੈਂ ਕੰਮ ਨਹੀਂ ਕਰਦਾ। ਇਹ ਹਾਲਾਤ ਉੱਥੇ ਬਣੇ, ਅਤੇ ਜਦੋਂ ਹੋਰ ਅੱਗੇ ਗਏ ਤਾਂ ਇੱਕ ਬੱਚਿਆਂ ਨੇ, ਕਿਉਂਕਿ ਜਦੋਂ ਵੀਜ਼ਾ ਲੱਗ ਜਾਂਦਾ ਬੱਚਿਆਂ ਨੇ ਬਾਹਰ ਜਾਣਾ ਹੁੰਦਾ, ਅਤੇ ਉੱਧਰੋਂ ਜਿੱਥੇ ਵੀ ਉਹਨਾਂ ਨੇ ਕੰਮ ਕਰਨ ਵਾਲੇ ਆ ਜਿਹੜੇ ਕੰਟਰੀਜ਼ ਨੇ ਛੋਟੇ ਸਾਡੇ ਨਾਲ, ਉਹਨਾਂ 'ਚ ਜਾਣਾ। ਜਦੋਂ ਉਹ ਆਉਂਦੇ ਆ ਉਹਨਾਂ ਨੂੰ ਦਲਾਲ ਟੱਕਰਦੇ ਆ। ਉੱਥੇ ਇੱਕ ਬੱਚੇ ਨੂੰ ਲੈ ਕੇ ਬਜ਼ੁਰਗ 18,000 ਰੁਪਈਆ ਲੈ ਲਿਆ, ਅਤੇ ਕੋਈ ਸੁਣਵਾਈ ਨਹੀਂ, ਕੋਈ ਪੈਸਾ। ਮੈਨੂੰ ਇਹ ਗੱਲ ਦੱਸੋ, ਜੇ ਬਣਦੇ ਹੋਣ ਲਾਇਸੈਂਸ ਸਹੀ ਤਰੀਕੇ ਨਾਲ, ਮੀਡੀਆ 'ਚ ਕੁਛ ਵੀ ਕਹਿ ਸਕਦੇ ਆ, ਅੱਜ ਕੱਲ੍ਹ ਆਪਣੇ ਆਪਣੇ ਕੰਪਿਊਟਰ 'ਚ ਇਹਨਾਂ ਦੇ ਸਭ ਕੁਛ ਹੈਗਾ ਏ, ਅਤੇ ਕੁਛ ਵੀ ਆ ਕੇ ਕਹਿ ਦੇਣਗੇ ਪਟੈਂਸੀ ਹੈ ਹੀ ਨਹੀਂ ਜੀ, ਇੱਥੇ ਤਾਂ ਬਿਲਕੁਲ ਜਿਹੜੇ ਲਾਇਸੈਂਸ ਉਹ ਬਣ ਰਹੇ ਨੇ। ਅਤੇ ਜੇ ਬਣਦੇ ਹੋਣ ਤਾਂ ਫਿਰ ਇਹ ਇੰਨੇ ਇੰਨੇ ਪੈਸੇ ਦੇ ਕੇ ਲੋਕ ਕਿਉਂ ਧੱਕੇ ਖਾਂਦੇ ਹੋਣ? ਦੂਜੀ ਗੱਲ, ਜਦੋਂ ਮੈਂ ਉੱਥੇ ਗਿਆ, ਇੱਕ ਜਿਹੜੇ ਉੱਥੇ ਜਿਨ੍ਹਾਂ ਦੇ ਪੱਕੇ ਜੈਰਾਮ, ਉਹ ਠੀਕ ਆ, ਉਹਨਾਂ ਦੇ ਕੋਈ ਸੰਮਨ ਸੀ, ਉਹ ਜਲੰਧਰ ਗਏ ਹੋਏ ਸੀ, ਅਤੇ ਉੱਥੇ ਇੱਕ ASI ਜਿਹੜਾ ਸਾਰਾ ਕੁਛ ਚਲਾ ਰਹੇ ਸੀ ਉੱਥੇ, ਉਹਨਾਂ ਦੇ ਉਂਗਲ ਨਾਲ ਘੁੰਮ ਰਿਹਾ ਸੀ ਸਾਰਾ ਕੁਛ ਉੱਥੇ, ਜੋ ਕੁਛ ਕਰ ਰਹੇ ਸੀ, ਲਾਈਨਾਂ ਲਵਾ ਰਹੇ ਸੀ, ਜੋ ਜਿਹੜੇ ਉੱਥੇ 4 ਬੰਦੇ ਜਿਹੜੇ ਔਨ ਡਿਊਟੀ ਸੀ, ਜਿਹੜੇ ਕੱਚੇ ਮੁਲਾਜ਼ਮ ਨੇ। ਮੈਂ ਜਦੋਂ ਲਾਈਵ ਕੀਤਾ ਉਹਦੇ ਵਿੱਚ ਵੀ, ਤੁਸੀਂ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿ ਤੁਸੀਂ ਕੌਣ ਹੋ, ਵੀ ਤੁਹਾਡੀ ਕੋਈ ਮਹਿਕਮੇ ਦੀ ਕੋਈ ਡਿਊਟੀ ਆ ਜਾਂ ਤੁਹਾਡੀ ਕੋਈ ਉਰੇ ਵੈਕੈਂਸੀ ਆ, ਕੋਈ ਤੁਹਾਡੀ ਕੋਈ ਜ਼ਿੰਮੇਵਾਰੀ ਆ? ਮੈਂ ਉਰੇ ਵੀ ਪੁੱਛਿਆ ਵੀ ਉਹ ASI ਸਾਹਿਬ ਕੌਣ ਨੇ ਜਿਹੜੇ ਉੱਥੇ ਸਾਰਾ ਕਮਾਂਡ ਕਰ ਰਹੇ ਨੇ, ਉਹਨਾਂ ਦੀ ਡਿਊਟੀ ਕੀ ਆ? ਮੈਨੂੰ ਹਜੇ ਤੱਕ ਕੋਈ ਜਵਾਬ ਨਹੀਂ ਆਇਆ, ਸ਼ਾਇਦ ਤੁਸੀਂ ਇਹ ਜਵਾਬ ਮੀਡੀਆ ਰਾਹੀਂ RTA ਜਿਹੜੇ ਨੇ ਉਹਨਾਂ ਤੋਂ ਲੈ ਸਕੋ। ਹਾਂ, ਮੈਂ ਉਹ ਪੁੱਛਿਆ, ਕਹਿੰਦੇ ਦੋ ਅਸੀਂ
ਉਹਦੇ ਐਕਸ ਸਰਵਿਸਮੈਨ ਆਰਮੀ ਵਾਲੇ ਨੇ ਜਿਹੜੇ ਦੋ ਉੱਥੇ ਲਾਏ ਨੇ। ਅੱਜ ਇੱਕ ਜਦੋਂ ਮੈਂ ਗਿਆ ਤਾਂ ਉੱਥੇ ਇੱਕ ਜ਼ਰੂਰ ਉਹ ਟ੍ਰਾਇਲ ਜਿਹੜਾ ਉਹਨਾਂ ਦਾ ਟੈਸਟ ਆ ਉਹ ਲੈ ਰਹੇ ਸੀ। ਬਾਕੀ ਤਾਂ ਜੇ ਮੈਂ ਤੁਹਾਨੂੰ ਦੱਸਿਆ ਵੀ ਸਾਰਾ ਇੱਕ ਮੈਂ ਉੱਥੇ ਸਭ ਨੂੰ ਪੁੱਛ ਕੇ ਥੱਕ ਗਿਆ ਵੀ ਕੀ ਪੋਸਟ ਆ, ਕੀ ਉਹ ਐਸ ਆਈ ਸਾਹਿਬ ਦਾ ਕੰਮ ਆ। ਮੈਨੂੰ ਵੀ ਜਿਹੜਾ ਹੈ ਉਹੀ ਉੱਥੇ ਸਾਰਾ ਕੁਛ ਕਰਦੇ ਦਿਖੇ। ਪਰ ਉਹਨਾਂ ਦੀ ਜਦੋਂ ਮੈਂ ਉਹਦੇ ਵੈਕੈਂਸੀ ਪੁੱਛਿਆ, ਪੋਸਟ ਪੁੱਛਿਆ ਕੀ ਆ, ਸ਼ਾਇਦ ਉਹ ਕਿਸੇ ਦੇ ਪੀ ਐੱਸ ਓ ਨੇ ਜਾਂ ਸ਼ਾਇਦ ਕਿਸੇ ਦੇ ਉਹ ਗਨਮੈਨ ਨੇ, ਅਤੇ ਉਹ ਕਿਸ ਉਹਦੇ ਅਧਿਕਾਰ ਨਾਲ ਉਹ ਸਾਰਾ ਉੱਥੇ ਕੰਮ ਕਰ ਰਿਹਾ ਅਤੇ ਕੀ ਕਰ ਰਹੇ ਆ, ਇਹਦੀ ਵੀ ਇਨਵੈਸਟੀਗੇਸ਼ਨ ਆ ਜਿਹੜੀ, ਜਾਂਚ ਆ ਜਿਹੜੀ ਉਹ ਹੋਣੀ ਚਾਹੀਦੀ ਆ। ਅਤੇ ਬਾਕੀ ਪਰ ਇੱਕ ਗੱਲ ਹੋਰ ਆ ਜਿਹੜੀ ਮੈਂ ਇਹ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ, ਟਰਾਂਸਪੋਰਟ ਮੰਤਰੀ ਨੂੰ, ਟਰਾਂਸਪੋਰਟ ਮੰਤਰੀ ਫਿਰ ਤਾਂ ਆਰ ਟੀ ਉੱਥੇ ਹੀ ਹੋਣਗੇ, ਉਹ 'ਚ ਕੋਈ ਗੱਲ ਨਹੀਂ। ਜੇ ਤੁਸੀਂ ਉਹਨਾਂ ਨੂੰ ਸਵਾਲ ਪੁੱਛੋ, ਜਿਹੜਾ ਸਟਾਫ ਆ ਉਹ ਇਹ ਕਹਿੰਦੇ ਆ ਭਰਤੀਆਂ ਅਸੀਂ ਕਰਦੇ ਹਾਂ, ਮੁਲਾਜ਼ਮ ਭਰਤੀ ਕਰਦੇ ਹਾਂ। ਇੱਥੇ ਏ ਡੀ ਟੀ ਯੂ ਦੀਆਂ ਪੋਸਟਾਂ ਦੋ ਆ, ਦੋਨੋਂ ਹੀ ਖਾਲੀ ਪਈਆਂ, ਕਿਸੇ ਦੇ ਕੋਲ ਕੋਈ ਪੀ ਐੱਨ ਨਹੀਂ ਹੈਗਾ, ਕੋਈ ਕਲਰਕ ਸਿਰਫ ਇੱਕ ਜਾਂ ਦੋ ਨੇ, ਅਤੇ ਕੋਈ ਸਟਾਫ ਨਹੀਂ ਗਾ। ਜਿਹੜਾ ਮੈਂ ਪਤਾ ਕੀਤਾ ਵੀ ਤਕਰੀਬਨ ਜਿਹੜੀਆਂ ਉਹ 65% ਜਿਹੜੀਆਂ ਏ ਉਹ ਵੈਕੈਂਸੀਆਂ ਖਾਲੀ ਪਈਆਂ ਏ। ਅਤੇ ਇਹ ਭੁੱਲਰ ਸਾਹਿਬ ਪਹਿਲਾਂ ਤਾਂ ਮੈਂ ਕਦੇ ਦੇਖੀ ਨਹੀਂ ਵੀ ਉਹ ਸਭ ਤੋਂ ਵੱਡਾ ਜ਼ਿਲ੍ਹਾ ਹੋਵੇ ਇੱਥੇ ਆਏ ਹੋਣ, ਅੱਜ ਤੁਸੀਂ ਕਹਿ ਰਹੇ ਹੋ ਇਹ ਵੱਡੀ ਗੱਲ ਆ, ਨਾਂ ਵੀ ਲਾਲਜੀਤ ਆ। ਅਤੇ ਇਸ ਕਰਕੇ ਕੁਛ ਕੰਮ ਕਰਨ, ਬਹੁਤ ਬੁਰਾ ਹਾਲ ਆ। ਨਹੀਂ ਆਉਣ ਵਾਲੇ ਦਿਨਾਂ 'ਚ ਇਹ ਵੱਡੀ ਆਵਾਜ਼ ਉਠਾਵਾਂਗੇ। ਮੈਂ ਹੁਣੀ ਐੱਸ ਟੀ ਸੀ ਸਾਹਿਬ ਨਾਲ ਉਹਨਾਂ ਨਾਲ ਗੱਲ ਕੀਤੀ ਆ, ਸੈਕਟਰੀ ਸਾਹਿਬ ਨਾਲ ਵੀ ਗੱਲ ਮਿਲ ਕੇ ਆਪ ਮੈਂ ਕਰੂੰਗਾ ਵੀ ਉਰੇ ਉਹ ਰੱਬ ਦੇ ਵਾਸਤੇ ਸਿਰਫ ਇੱਕ ਵੱਡੇ ਆਫਿਸਰ ਦਾ ਕੰਮ ਇਹ ਨਹੀਂ ਹੁੰਦਾ ਵੀ ਇੱਕ ਫੋਟੋ ਚਲਾਨ ਖਿੱਚਦਿਆਂ ਦੀ, ਚਲਾਨ ਤਾਂ ਥੱਲੇ ਕੋਈ ਵੀ ਕੱਟ ਸਕਦਾ, ਇੱਕ ਇੱਕ ਕੋਈ ਵੀ ਬੰਦਾ, ਇੱਕ ਇੱਕ ਕੌਂਸਟੇਬਲ, ਇੱਕ ਏ ਐੱਸ ਆਈ, ਜੇ ਕੋਈ ਵੀ ਉਹ ਚਲਾਨ ਕੱਟ ਸਕਦਾ ਹੈ। ਇਹ ਹਮੇਸ਼ਾ ਜਦੋਂ ਟੌਪ ਪੋਸਟ 'ਤੇ ਬੰਦਾ ਬੈਠਾ ਹੋਵੇ ਕੰਮ ਡਿਵਾਈਡ ਕਰਨਾ ਪੈਂਦਾ ਹੈ। ਜੇ ਤੁਸੀਂ ਕਹੋਗੇ ਵੀ ਲਾਇਸੈਂਸ ਆ ਜਿਹੜਾ ਉਹਨੂੰ ਵੀ ਮੈਂ ਬਣਾਉਂਗੀ ਜਾਂ ਬਣਾਊਂਗਾ, ਜੇ ਮੈਂ ਕੋਈ ਡਰਾਈਵਿੰਗ ਉੱਥੇ ਕੋਈ ਚੈੱਕ ਕਰਦਾ ਉਹ ਵੀ ਮੈਂ ਕਰੂੰ, ਮੈਂ ਪਰਸਨਲ ਕਿਸੇ ਦੇ ਮੇਰਾ। ਪਰ ਮਨਪ੍ਰੀਤ ਬਾਦਲ ਨਾਲ ਹਮੇਸ਼ਾ, ਕਿਉਂਕਿ ਉਦੋਂ ਵੀ ਅਸੀਂ ਹਾਈਕਮਾਂਡ ਨੂੰ ਕਹਿੰਦੇ ਸੀ ਵੀ ਇਹ ਬਾਦਲਾਂ ਨੂੰ ਪਰੇ ਰੱਖੋ, 5 ਸਾਲ ਇਹ ਲੁੱਟ ਕੇ ਖਾ ਗਿਆ ਪੰਜਾਬ ਨੂੰ। ਜੇ ਬਾਦਲ ਸਾਹਿਬ ਤੁਸੀਂ ਤਾਂ ਕਿਸੇ ਨੂੰ ਕਹਿੰਦੇ ਸੀ ਮੈਂ ਚਾਹ ਨਹੀਂ ਪਿਲਾਉਂਦਾ, ਅਤੇ ਹੁਣ ਡਰ ਕਾਹਦਾ, ਹੁਣ ਭੱਜੇ ਕਿਉਂ ਹੋਏ ਹੋ? ਅੱਜ 2 ਮਹੀਨੇ ਹੋ ਗਏ ਇੰਗਲੈਂਡ ਭੱਜੇ ਹੋਏ ਨੂੰ, ਭਗੌੜੇ ਹੋਇਆਂ ਨੂੰ। ਜੇ ਤੁਸੀਂ ਸੱਚੇ ਹੋ ਆਓ ਸਾਹਮਣੇ ਹੋ ਮੂਹਰੇ, ਭਾਰਤ ਭੂਸ਼ਣ ਆਸ਼ੂ ਹੋਇਆ ਸੀ ਕਿ ਨਹੀਂ, ਇਹ ਕਿਉਂ ਭੱਜੇ ਨੇ, ਉਹ ਵੀ ਤਾਂ ਮੰਤਰੀ ਸੀ। ਅੱਜ ਉਹ ਪਾਕ ਸਾਫ਼ ਹੋ ਕੇ ਕੋਈ ਉਹਨਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਕੋਈ ਲੱਭ ਰਿਹਾ। ਇਸ ਕਰਕੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਆਪਣੇ ਆਪ ਨੂੰ ਬੜੇ ਬੜੇ ਸ਼ਾਇਰੀ ਕਰਕੇ ਬੜੇ ਬੜੇ ਉਦਾਹਰਣ ਦਿੰਦੇ ਸੀ ਪਾਕਿਸਤਾਨਾਂ ਦੇ ਜਾਂ ਹੋਰ ਸ਼ਾਇਰਾਂ ਦੇ, ਅੱਜ ਉਹ ਸ਼ਾਇਰੀ ਕਿੱਥੇ ਗਈ ਆ? ਅੱਜ ਬਾਦਲ ਸਾਹਿਬ ਕੱਦ ਕਾਠ ਵੀ ਬਹੁਤ ਆਪਣਾ, ਤਾਂ ਅੱਜ ਕਿੱਥੇ ਲੁਕੇ ਬੈਠੇ ਹੋ? ਕੋਈ ਬਿਆਨ ਨਹੀਂ, ਕੋਈ ਨਹੀਂ, ਦੱਸੋ ਤਾਂ ਸਹੀ ਨਾ ਆ ਕੇ ਵੀ ਕੀ ਖੇਡ ਆ, ਇਹ ਕਿਹੜੇ ਬਾਗ 'ਚ ਲੁਕੇ ਹੋਏ ਹੋ, ਦੱਸੋ ਤਾਂ ਸਹੀ। ਇਸ ਕਰਕੇ ਇਹਨਾਂ ਨੇ ਸਾਡੀ ਕਾਂਗਰਸ ਸਰਕਾਰ ਆ ਜਿਹੜੀ ਇਹ ਬੰਦਿਆਂ ਕਰਕੇ ਅਸੀਂ ਅੱਜ ਓਪੋਜੀਸ਼ਨ 'ਚ ਬੈਠੇ ਹਾਂ। ਇਹ ਖਜ਼ਾਨਾ ਮੰਤਰੀ ਸੀ ਅਤੇ ਇਹਨਾਂ ਨੇ ਸਾਰੇ ਦਾ ਸਾਰਾ 5 ਸਾਲ
ਸਿਰਫ ਆਪਣੇ ਢਿੱਡ ਭਰਨ ਤੋਂ ਸਿਵਾਏ ਮੂਹਰੇ ਦਿਖਾ ਦੇਣਾ ਵੀ ਗੱਡੀ ਮੈਂ ਆਪ ਚਲਾ ਰਿਹਾ ਜੀ, ਮੈਂ ਆਹ ਕਰ ਰਿਹਾ ਜੀ, ਚਾਹ ਨਹੀਂ ਪਿਲਾਉਣੀ ਮੈਂ ਕਿਸੇ ਨੂੰ, ਚਾਹ ਤਾਂ ਯਾਰ ਕੋਈ ਮਾੜਾ ਤੋਂ ਮਾੜਾ ਕਿਸੇ ਦੇ ਚਲੇ ਜਾਓ ਨਾ ਉਹ ਵੀ ਤੁਹਾਨੂੰ ਚਾਹ ਪਿਲਾਉਂਦਾ, ਇਹ ਇੱਕ ਰੀਤੀ ਰਿਵਾਜ਼ ਆ ਸਾਡੇ। ਜਿਹੜਾ ਬੰਦਾ ਹਾਂਜੀ ਜਾਂਚ ਸ਼ੁਰੂ ਹੋਈ ਸੀ ਉਹ ਕਹਿੰਦੇ ਸੀਗੇ ਕਿ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਮੈਂ ਉਹੀ ਕਹਿੰਦਾ ਨਾ ਜੇ ਜਾਨ ਤਾਂ ਆਮ ਉਰੇ ਕਿਉਂ ਭਗਾਉਣਾ ਹੋਇਆ, ਕਿਉਂ ਭੱਜਿਆ ਹੈ। ਇਸ ਕਰਕੇ 10 ਸਾਲ ਫਾਈਨਾਂਸ ਮਿਨਿਸਟਰ ਅਕਾਲੀਆਂ ਦੇ ਰਹੇ, 5 ਸਾਲ ਸਾਡੇ ਕਾਂਗਰਸ 'ਚ, ਮੈਂ ਬਥੇਰਾ ਕਿਹਾ ਉਦੋਂ ਬਹੁਤ ਕਿ ਓਪਨਲੀ ਮੈਂ ਬਠਿੰਡੇ ਸਪੀਚ ਕਿਹਾ ਸੀ, ਫਿਰ ਕਈ ਕਹਿੰਦੇ ਮੈਂ ਕਹਿੰਦਾ ਮੈਂ ਨਹੀਂ ਪਰ ਸੱਚ ਕਹਿਣੋ ਕਦੇ ਹਟਦਾ, ਅਸੀਂ ਸਾਡੇ 'ਤੇ ਆ ਕੇ ਉਹਨਾਂ ਵਿਜੀਲੈਂਸ ਆ ਗਈ ਜੀ। ਉਹ ਕਹਿੰਦੇ ਰਾਜਾ ਵੜਿੰਗ ਨਹੀਂ ਹੈਗਾ, ਮੈਂ ਜੋ ਆਹੋ ਤੂੰ ਦੱਸੋ ਦੱਸੋ, ਉਹ ਤਾਂ ਉਦੋਂ ਵੀ ਬੜਾ ਕਰਦਾ ਪਰ ਪਤਾ ਨਹੀਂ, ਹੁਣ ਮੈਨੂੰ ਜੋ ਪਤਾ ਲੱਗਿਆ ਏ ਵਿਜੀਲੈਂਸ ਵਾਲਿਆਂ ਤੋਂ ਕਿਤੇ ਨਾ ਕਿਤੇ ਗੱਲ ਅੱਗੇ ਸੁਣੀ, ਕਿਉਂਕਿ ਅਫਸਰ ਅਸੀਂ ਵੀ ਸਰਕਾਰਾਂ 'ਚ ਰਹੇ ਹਾਂ, ਕਹਿੰਦੇ ਇੰਗਲੈਂਡ ਕਿਸੇ ਟਾਪੂ ਟੂਪੂ 'ਤੇ ਲੁਕੇ ਬੈਠੇ ਆ।